ਹਾਂਜੀ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ ਪੀਵੀ ਗਿਆਨ 'ਚ ਸੋ ਅੱਜ ਰੋਇਆ ਜੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਸੋ ਦੋਸਤੋ ਇਸ ਵੀਡੀਓ ਵਿੱਚ ਆਪਾਂ ਪੰਜਾਬੀ ਵਿਆਕਰਨ ਦੇ ਕੁਝ ਮਹੱਤਵਪੂਰਨ ਸਵਾਲ ਲੈ ਕੇ ਹਾਜ਼ਰ ਹੋਏ ਹਾਂ ਜੀ ਤੇ ਜੇਕਰ ਤੁਸੀਂ ਕੋਈ ਵੀ ਅਦਰ ਕੰਪੀਟੀਟਿਵ ਐਗਜ਼ਾਮ ਦੇ ਰਹੇ ਹੋ ਚਾਹੇ ਪਟਵਾਰੀ ਦਾ ਚਾਹੇ ਕੋਆਪਰੇਟਿਵ ਬੈਂਕ ਦਾ ਜਾਂ ਪੰਜਾਬ ਪੁਲਿਸ ਕਨਸਟੇਬਲ ਦੀ ਭਰਤੀ ਦਾ ਸਾਰੇ ਐਗਜ਼ਾਮਾਂ ਲਈ ਜਿਹੜੇ ਦੋਸਤੋ ਜਿਹੜੇ ਕਿ ਸਵਾਲ ਮਹੱਤਵਪੂਰਨੇ ਨੇ ਤੇ ਸੋ ਜਦਾ ਸਮਾਂ ਨਾ ਲੈਂਦੇ ਹੋਏ ਵੀਡੀਓ ਨੂੰ ਸਟਾਰਟ ਕਰਦੇ ਆ ਤੇ ਨਾਲ ਹੀ ਬੇਨਤੀ ਇਹ ਕਰ ਸੜ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਆਈਕਨ ਦਾ ਬੜਾ ਜ਼ਰੂਰ ਦਬਾ ਲਿਓ ਤਾਂ ਰਿਹਾ ਸਟੇ ਰਹੇ ਹੋਣ ਮਾਲੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਟਾਈਮ ਟੂ ਟਾਈਮ ਚਲੋ ਦੋਸਤੋ ਵੀਡੀਓ ਨੂੰ ਸਟਾਰਟ ਕਰਦੇ ਆ ਜੀ ਤੇ ਪਹਿਲਾ ਸਵਾਲ ਤੁਹਾਡੀ ਸਕਰੀਨ ਦੇ ਉੱਪਰ ਹੈਗਾ ਵਾ ਗੁਰਮੁਖੀ ਵਰਣਮਾਲਾ ਵਿੱਚ ਪਹਿਲਾਂ ਕਿੰਨੇ ਅੱਖਰ ਸ਼ਾਮਿਲ ਸਨ ਚਾਰ ਆਪਸ਼ਨ ਤੁਹਾਡੇ ਅੱਗੇ ਦਿੱਤੀਆਂ ਹੋਈਆਂ ਨੇ 38 35 41 40 ਹਾਂਜੀ ਗੈਸ ਕਰੋ ਕਿਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਹਾਂਜੀ ਇਸ ਦਾ ਰਾਈਟ ਆਨ ਗੁਰਮੁਖੀ ਵਰਣਮਾਲਾ ਵਿੱਚ ਪਹਿਲਾਂ ਕਿੰਨੇ ਅੱਖਰ ਸ਼ਾਮਲ ਸਨ 35 ਚਲੋ ਦੋਸਤੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਪੰਜਾਬੀ ਭਾਸ਼ਾ ਨੂੰ ਵਰਤਣ ਦੇ ਲਈ ਕਿਹੜੀ ਲਿਪੀ ਨੂੰ ਪਹਿਲ ਦਿੱਤੀ ਗਈ ਹੈ ਗੁਰਮੁਖੀ ਦੇਵਨਾਗਰੀ ਰੋਮਨ ਫਾਰਸੀ ਹਾਂਜੀ ਗੈਸ ਕਰੋ ਕਿਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਏ ਗੁਰਮੁਖੀ ਪੰਜਾਬੀ ਭਾਸ਼ਾ ਨੂੰ ਵਰਤਣ ਦੇ ਲਈ ਕਿਹੜੀ ਲਿਪੀ ਨੂੰ ਪਹਿਲ ਦਿੱਤੀ ਗਈ ਹੈ ਗੁਰਮੁਖੀ ਨੂੰ ਚਲੋ ਦੋਸਤੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਕਿਸੇ ਭਾਸ਼ਾ ਵਿੱਚਲੇ ਬੋਲਾਂ ਨੂੰ ਲਿਖਤ ਵਿੱਚ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਕੀ ਨਾਮ ਦਿੱਤਾ ਜਾਂਦਾ ਹੈ ਵਿਆਕਰਨ ਲਿਪੀ ਧੁਨੀ ਜਾਂ ਭਾਸ਼ਾ ਗੈਸ ਕਰੋ ਇਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਬੀ ਲਿਪੀ ਚਲੋ ਨੈਕਸਟ ਪੰਜਾਬੀ ਦੀ ਕਿਹੜੀ ਧੁਨੀ ਸਵਰ ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੀ ਹੈ ਯਈ ਆ ਵਾ ਵਾ ਉਪਰਕਤ ਦੋਨੋਂ ਜਾਂ ਫਿਰ ਹਾ ਹਾ ਗੈਸ ਕਰੋ ਕਿਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਡੀ ਹਾ ਹਾ ਪੰਜਾਬੀ ਦੀ ਕਿਹੜੀ ਧੁਨੀ ਸਵਰ ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੀ ਹੈ ਹਾ ਹਾ ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਜੋ ਕਿ ਪੰਜਾਬੀ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਧੁਨੀ ਨਾਲ ਕੋਈ ਵੀ ਸ਼ਬਦ ਸ਼ੁਰੂ ਨਹੀਂ ਹੁੰਦਾ ਹਨਾਣਾ ਹੜੜਾ ਅੜਾੜਾ ਲੱਲੇਪੈਰ ਬਿੰਦੀ ਜਾਂ ਉਪਰੋਕਤ ਸਾਰੇ ਹਾਂਜੀ ਗੈਸ ਕਰੋ ਕਿ ਇਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਡੀ ਉਪਰੋਕਤ ਸਾਰੇ ਜੋ ਕਿ ਪੰਜਾਬੀ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਧੁਨੀ ਨਾਲ ਜਿਹੜਾ ਕਿ ਕੋਈ ਵੀ ਸ਼ਬਦ ਸ਼ੁਰੂ ਨਹੀਂ ਹੁੰਦਾ ਤੁਹਾਨੂੰ ਪਤਾ ਹੈ ਕਿ ਨਾਣੇ ਤੋਂ ਵੀ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਨਾ ਅੜਾੜੇ ਤੋਂ ਲੱਲੇ ਪੈਰ ਬਿੰਦੀ ਇਹਦੇ ਤੋਂ ਵੀ ਕੋਈ ਸ਼ਬਦ ਨਹੀਂ ਸ਼ੁਰੂ ਹੁੰਦਾ ਸੋ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਡੀ ਉਪਰੋਕਤ ਸਾਰੇ ਚਲੋ ਨੈਕਸਟ ਹੇੜ ਦਿੱਤੇਆਂ ਵਿੱਚੋਂ ਕਿਹੜੀ ਧੁਨੀ ਨੂੰ ਨਾਸਕੀ ਧੁਨੀ ਦਾ ਨਾਮ ਦਿੱਤਾ ਗਿਆ ਹੈ ਹਾਂਜੀ ਗੈਸ ਕਰੋ ਕਿ ਇਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਡੀ ਉਪਰੋਕਤ ਸਾਰੇ ਹੇੜ ਹੇੜ ਦਿੱਤੇਆਂ ਵਿੱਚੋਂ ਕਿਹੜੀ ਧੁਨੀ ਨੂੰ ਨਾਸਕੀ ਧੁਨੀ ਦਾ ਨਾਮ ਦਿੱਤਾ ਗਿਆ ਹੈ ਏ ਦੋਸਤੋ ਤਿੰਨੇ ਨਾ ਨਾ ਮਮਾ ਜਦੋਂ ਆਪਾਂ ਬੋਲਾਂਗੇ ਆਪਣੇ ਨੱਕ ਵਿੱਚੋਂ ਜਿਹੜਾ ਕਿ ਆਵਾਜ਼ ਆਵੇਗੀ ਚਲੋ ਦੋਸਤੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਕੁਐਸਚਨ ਨੰਬਰ 7 ਉਹ ਧੁਨੀਆਂ ਜਿਨ੍ਹਾਂ ਨੂੰ ਬੋਲਣ ਸਮੇਂ ਅੰਗ ਸਾਹ ਦੀ ਹਵਾ ਨੂੰ ਕਿਸੇ ਨਾ ਕਿਸੇ ਸਥਾਨ ਉੱਤੇ ਥੋੜੀ ਜਾਂ ਜ਼ਿਆਦਾ ਮਾਤਰਾ ਵਿੱਚ ਰੁਕਾਵਟ ਪਾਉਂਦੇ ਹਨ ਉਸ ਨੂੰ ਕੀ ਨਾਮ ਦਿੱਤਾ ਜਾਂਦਾ ਹੈ ਸਵਰ ਵਿਅੰਜਨ ਭਾਸ਼ਾ ਜਾਂ ਲਿਪੀ ਗੈਸ ਕਰੋ ਕਿ ਇਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਬੀ ਵਿਅੰਜਨ ਚਲੋ ਨੈਕਸਟ ਕਵੈਸਚਨ ਨੰਬਰ 8 ਲੰਗ ਸਵਰ ਧੁਨੀਆਂ ਦੀ ਗਿਣਤੀ ਕਿੰਨੀ ਹੈ 4 5 6 7 ਹਾਂਜੀ ਗੈਸ ਕਰੋ ਕਿ ਇਸ ਦਾ ਰਾਈਟ ਆਨਸਰ ਕੀ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਡੀ 7 ਲੰਗ ਸਵਰ ਧੁਨੀਆਂ ਦੀ ਗਿਣਤੀ ਕਿੰਨੀ ਹੈ 7 ਚਲੋ ਨੈਕਸਟ ਕਵੈਸਚਨ ਵੱਲ ਚੱਲੇ ਹਾਂ ਜੀ ਹਰ ਸਭ ਜਾਂ ਲਘੂ ਸਵਰ ਧੁਨੀਆਂ ਦੀ ਚੋਣ ਕਰੋ ਹਾਂਜੀ ਦੋਸਤੋ ਗੈਸ ਕਰੋ ਕਿ ਇਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਡੀ ਉਪਰੋਕਤ ਸਾਰੇ ਹਾਂਜੀ ਤੇ ਸਵਾਲ ਸੀ ਕਿ ਹਰ ਸਵਜਾਂ ਲਗੂ ਸਵਰ ਧੁਨੀਆਂ ਦੀ ਚੋਣ ਕਰੋ ਉੱਥੇ ਆਪਸ਼ਨ ਹੈਗਾ ਜੀ ਡੀ ਉਪਰੋਕਤ ਸਾਰੇ ਇਹ ਸਾਰੇ ਜਿਹੜਾ ਕਿ ਹਰ ਸਵਜਾਂ ਸਵਰ ਧੁਨੀਆਂ ਨੇ ਊੜਾ ਐੜਾ ਈੜੀ ਚਲੋ ਦੋਸਤੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਕੁਐਸਚਨ ਨੰਬਰ 10 ਸਵਰ ਧੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ 2 3 4 ਜਾਂ 5 ਹਾਂਜੀ ਗੈਸ ਕਰੋ ਕਿਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਕਿਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਏ ਦੋ ਸਵਰ ਧੁਨੀਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਜੀ ਪੰਜਾਬੀ ਭਾਸ਼ਾ ਵਿੱਚ ਕੁੱਲ ਸਵਰ ਧੁਨੀਆਂ ਦੀ ਗਿਣਤੀ ਕਿੰਨੀ ਹੈ ਹਾਂਜੀ ਦੋਸਤੋ ਗੈਸ ਕਰੋ ਕਿ ਇਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਸੀ 10 ਪੰਜਾਬੀ ਭਾਸ਼ਾ ਵਿੱਚ ਕੁੱਲ ਸਵਰ ਧੁਨੀਆਂ ਦੀ ਗਿਣਤੀ ਆ 10 ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਜੀ ਪੰਜਾਬੀ ਭਾਸ਼ਾ ਵਿੱਚ ਕੁੱਲ ਸਵਰ ਅੱਖਰਾਂ ਦੀ ਗਿਣਤੀ ਕਿੰਨੀ ਹੈ ਦੋਸਤੋ ਪਹਿਲਾਂ ਆਪਾਂ ਸਵਰ ਧੁਨੀਆਂ ਪੁੱਛੀਆਂ ਸੀ ਇੱਥੇ ਸਵਰ ਅੱਖਰਾਂ ਦੀ ਗਿਣਤੀ ਪੁੱਛੀ ਆ ਤੇ ਗੈਸ ਕਰੋ ਕਿ ਇਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ B ਤਿੰਨ ਪੰਜਾਬੀ ਭਾਸ਼ਾ ਵਿੱਚ ਕੁੱਲ ਸਵਾਰਖਰਾਂ ਦੀ ਗਿਣਤੀ ਹੈ ਤਿੰਨ ਊੜਾ ਐੜਾ ਈੜੀ ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਉਹ ਧੁਨੀਆਂ ਜਿਨ੍ਹਾਂ ਨੂੰ ਚਾਰਨ ਸਮੇਂ ਫੇਫੜਿਆਂ ਵਿੱਚੋਂ ਨਿਕਲਦੀ ਸਾਹ ਦੀ ਹਵਾ ਬੇਰੋਕ ਗਤੀ ਨਾਲ ਬਾਹਰ ਆਉਂਦੀ ਹੈ ਉਸ ਨੂੰ ਕੀ ਨਾਮ ਦਿੱਤਾ ਜਾਂਦਾ ਹੈ ਵਿਆਕਰਨ ਵਿਅੰਜਨ ਭਾਸ਼ਾ ਜਾਂ ਸਵਾਰਾ ਹਾਂਜੀ ਗੈਸ ਕਰੋ ਕਿ ਇਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ D ਸਵਾਰਾ ਸਵਾਲ ਹੈ ਕਿ ਉਹ ਧੁਨੀਆਂ ਜਿਨ੍ਹਾਂ ਨੂੰ ਚਾਰਨ ਸਮੇਂ ਫੇਫੜਿਆਂ ਵਿੱਚੋਂ ਨਿਕਲਦੀ ਸਾਹ ਦੀ ਹਵਾ ਬੇਰੋਕ ਗਤੀ ਨਾਲ ਬਾਹਰ ਆਉਂਦੀ ਹੈ ਉਸ ਨੂੰ ਕੀ ਨਾਮ ਦਿੱਤਾ ਜਾਂਦਾ ਹੈ ਦੋਸਤੋ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਡੀ ਸਵਰ ਹਾਂਜੀ ਦੋਸਤੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਕੁਐਸਚਨ ਨੰਬਰ 14 ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਗਿਆ ਹੈ 2 3 4 ਜਾਂ 5 ਹਾਂਜੀ ਗੈਸ ਕਰੋ ਕਿ ਇਸ ਦਾ ਰਾਈਟ ਆਨਸਰ ਕੀ ਹੈ ਜੀ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਏ 2 ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਗਿਆ ਹੈ 2 ਚਲੋ ਦੋਸਤੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਭਾਸ਼ਾ ਦੀ ਬੁਨਿਆਦੀ ਇਕਾਈ ਕਿਸ ਨੂੰ ਕਿਹਾ ਜਾਂਦਾ ਹੈ ਲਿਪੀ ਧੁਨੀ ਅਰਥ ਜਾਂ ਫਿਰ ਵਾਕ ਗੈਸ ਕਰੋ ਕਿਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਬੀ ਧੁਨੀ ਭਾਸ਼ਾ ਦੀ ਬੁਨਿਆਦੀ ਇਕਾਈ ਨੂੰ ਭਾਸ਼ਾ ਦੀ ਬੁਨਿਆਦੀ ਇਕਾਈ ਕਿਸ ਨੂੰ ਕਿਹਾ ਜਾਂਦਾ ਵਾ ਧੁਨੀ ਨੂੰ ਕਿਹਾ ਜਾਂਦਾ ਵਾ ਚਲੋ ਦੋਸਤੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਕੁਐਸਚਨ ਨੰਬਰ 16 ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੈ ਸ਼ਬਦ ਅਰਥ ਵਾਕ ਜਾਂ ਫਿਰ ਤੁਨੀ ਹਾਂਜੀ ਗੈਸ ਕਰੋ ਕਿਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਡੀ ਤੁਨੀ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕਿਹੜੀ ਵਾ ਤੁਨੀ ਜੇਕਰ ਗੱਲ ਕਰੀਏ ਆਪਾਂ ਭਾਸ਼ਾ ਦੀ ਵੱਡੀ ਇਕਾਈ ਕਿਹੜੀ ਆ ਫਿਰ ਜਿਹੜਾ ਇਸ ਦਾ ਰਾਈਟ ਆਨਸਰ ਆਊਗਾ ਵਾਕ ਭਾਸ਼ਾ ਦੀ ਵੱਡੀ ਇਕਾਈ ਵਾਕ ਤੇ ਛੋਟੀ ਹੈਗੀ ਹੈ ਤੁਨੀ ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਕੁਐਸਚਨ ਨੰਬਰ 17 ਤੁਨੀ ਨੂੰ ਕਿੰਨੇ ਤਰੀਕਿਆਂ ਨਾਲ ਸਮਝਿਆ ਜਾ ਸਕਦਾ ਹੈ 4 3 2 ਜਾਂ 5 ਹਾਂਜੀ ਗੈਸ ਕਰੋ ਕਿ ਇਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਸੀ 2 ਧੁਨੀ ਨੂੰ ਕਿੰਨੇ ਤਰੀਕੇ ਨਾਲ ਸਮਝਿਆ ਜਾ ਸਕਦਾ ਵਾ 2 ਇੱਕ ਹੁੰਦੀਆਂ ਵਿਅੰਜਨ ਧੁਨੀਆਂ ਇੱਕ ਸਵਰ ਧੁਨੀਆਂ ਹਾਂਜੀ ਦੋਸਤੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਕੁਐਸਚਨ ਨੰਬਰ 18 ਪੀਜਨ ਤੋਂ ਕੀ ਭਾਵ ਹੈ ਆਪਸ਼ਨਾਂ ਤੁਹਾਡੇ ਸਾਹਮਣੇ ਨੇ ਗੈਸ ਕਰੋ ਕਿ ਇਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਏ ਕੰਮ ਚਲਾਊ ਭਾਸ਼ਾ ਪਿਜਨ ਤੋਂ ਕੀ ਪਾਵ ਹੈ ਕੰਮ ਚਲਾਊ ਭਾਸ਼ਾ ਹਾਂਜੀ ਦੋਸਤੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਭਾਰਤ ਵਿੱਚ ਕਿਹੜੀ ਭਾਸ਼ਾ ਨੂੰ ਕੰਮ ਚਲਾਊ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ ਪੰਜਾਬੀ ਹਿੰਦੀ ਉਰਦੂ ਜਾਂ ਬੰਗਾਲੀ ਗੈਸ ਕਰੋ ਕਿ ਇਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਸੀ ਉਰਦੂ ਭਾਰਤ ਵਿੱਚ ਕਿਹੜੀ ਭਾਸ਼ਾ ਨੂੰ ਕੰਮ ਚਲਾਊ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ ਉਰਦੂ ਚਲੋ ਦੋਸਤੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਕਵੈਸਚਨ ਨੰਬਰ 20 20 ਸਵਾਲ ਹੈਗਾ ਜੀ ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਨੂੰ ਨਿਸ਼ਚਿਤ ਕਰਨ ਦੇ ਲਈ ਕਿਹੜੀ ਉਪਭਾਸ਼ਾ ਨੂੰ ਚੁਣਿਆ ਗਿਆ ਹੈ ਮਲਬਈ ਮਾਜੀ ਦੁਆਬੀ ਜਾਂ ਪੋਦੀ ਗੈਸ ਕਰੋਗੇ ਇਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਬੀ ਮਾਜੀ ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਨੂੰ ਨਿਸ਼ਚਿਤ ਕਰਨ ਦੇ ਲਈ ਕਿਹੜੀ ਉਪਭਾਸ਼ਾ ਨੂੰ ਚੁਣਿਆ ਗਿਆ ਹੈ ਮਾਜੀ ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਹੇਠ ਲਿਖਿਆਂ ਵਿੱਚੋਂ ਕਿਹੜੀ ਭਾਸ਼ਾ ਸਾਂਜੀ ਭਾਸ਼ਾ ਵਜੋਂ ਹਰੇਕ ਖੇਤਰ ਵਿੱਚ ਵਰਤੀ ਜਾਂਦੀ ਹੈ ਟਕਸਾਲੀ ਮਿਆਰੀ ਉਪਰੋਕਤ ਦੋਨੋਂ ਜਾਂ ਫਿਰ ਮਾਜੀ ਗੈਸ ਕਰੋ ਕਿ ਇਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਸੀ ਉਪਰੋਕਤ ਦੋਨੋਂ ਸਵਾਲ ਆ ਕਿ ਹੇਠ ਲਿਖਿਆਂ ਵਿੱਚੋਂ ਕਿਹੜੀ ਭਾਸ਼ਾ ਸਾਂਜੀ ਭਾਸ਼ਾ ਵਜੋਂ ਹਰੇਕ ਖੇਤਰ ਵਿੱਚ ਵਰਤੀ ਜਾਂਦੀ ਹੈ ਦੋਸਤੋ ਇਸ ਦਾ ਰਾਈਟ ਆਨਸਰ ਹੈਗਾ ਜੀ অপਸ਼ਨ ਸੀ ਯਾਨੀ ਕਿ ਉਪਰੋਕਤ ਦੋਨੋਂ ਟਕਸਾਲੀ ਤੇ ਮਿਆਰੀ ਭਾਸ਼ਾ ਟਕਸਾਲੀ ਤੇ ਮਿਆਰੀ ਭਾਸ਼ਾ ਜਿਹੜਾ ਹੈ ਕਿ ਸਾਂਜੀ ਭਾਸ਼ਾ ਵਜੋਂ ਹਰੇਕ ਖੇਤਰ ਵਿੱਚ ਬੋਲੀ ਜਾਂਦੀ ਆ ਔਰਤੀ ਜਾਂਦੀ ਆ ਚਲੋ ਦੋਸਤੋ ਨੈਕਸਟ ਕੁਐਸਚਨ ਵਿੱਚ ਚਲਦੇ ਆ ਜੀ ਹੇੜ ਲਿਖਿਆਂ ਵਿੱਚੋਂ ਕਿਹੜੀ ਉਪ ਬੋਲੀ ਜੰਮੂ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਬੋਲੀ ਜਾਂਦੀ ਹੈ ਡੋਗਰੀ ਮਾਜੀ ਮਲਤਾਨੀ ਜਾਂ ਫਿਰ ਮਲਵਈ ਹਾਂਜੀ ਗੈਸ ਕਰੋ ਕਿ ਇਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਏ ਡੋਗਰੀ ਜੰਮੂ ਕਸ਼ਮੀਰ ਦੇ ਵਿੱਚ ਜੜਾ ਕਿ ਜ਼ਿਆਦਾ ਡੋਗਰੀ ਡੋਗਰੀ ਭਾਸ਼ਾ ਬੋਲੀ ਜਾਂਦੀ ਆ ਤੇ ਸੋ ਇਸ ਲਈ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਏ ਚਲੋ ਨੈਕਸਟ ਕੁਐਸਚਨ ਵੱਲ ਚਲਦੇ ਆ ਜੀ ਹੇਠ ਲਿਖਿਆਂ ਵਿੱਚੋਂ ਕਿਹੜੀ ਉਪਬੋਲੀ ਪਾਕਿਸਤਾਨ ਵਿੱਚ ਸਭ ਤੋਂ ਵੱਧ ਬੋਲੀ ਜਾਂਦੀ ਹੈ ਮਲਤਾਨੀ ਪੋਠੋਹਾਰੀ ਡੋਗਰੀ ਜਾਂ ਫਿਰ ਉਪਰੋਕਤ ਸਾਰੇ ਗੈਸ ਕਰੋ ਕਿਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਏ ਮਲਤਾਨੀ ਹੇਠ ਲਿਖਿਆਂ ਵਿੱਚੋਂ ਕਿਹੜੀ ਉਪਬੋਲੀ ਪਾਕਿਸਤਾਨ ਵਿੱਚ ਸਭ ਤੋਂ ਵੱਧ ਬੋਲੀ ਜਾਂਦੀ ਹੈ ਮਲਤਾਨੀ ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਪੋਠੋਹਾਰ ਦਾ ਇਲਾਕਾ ਪ੍ਰਾਚੀਨ ਸਮਿਆਂ ਵਿੱਚ ਕਿਹੜੀ ਭਾਸ਼ਾ ਦਾ ਵਿਦਿਆਕ ਕੇਂਦਰ ਸੀ ਸੰਸਕ੍ਰਿਤ ਪੰਜਾਬੀ ਫਾਰਸੀ ਜਾਂ ਫਿਰ ਪਾਲੀ ਗੈਸ ਕਰੋ ਕਿ ਇਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਡੀ ਪਾਲੀ ਪੋਠਵਾਰ ਦਾ ਇਲਾਕਾ ਪ੍ਰਾਚੀਨ ਸਮੇਂ ਵਿੱਚ ਕਿਹੜੀ ਭਾਸ਼ਾ ਦਾ ਵਿਦਿਅਕ ਕੇਂਦਰ ਸੀ ਪਾਲੀ ਭਾਸ਼ਾ ਦਾ ਚਲੋ ਦੋਸਤੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਕੁਐਸਚਨ ਨੰਬਰ 25 ਪੋਵਾਰ ਪੰਜਾਬ ਦੇ ਕਿਹੜੇ ਭਾਗ ਨੂੰ ਕਿਹਾ ਜਾਂਦਾ ਹੈ ਪੂਰਬੀ ਉਤਰੀ ਦੱਖਣੀ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਗੈਸ ਕਰੋ ਕਿ ਇਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਏ ਪੂਰਬੀ ਪੁਆਦ ਪੰਜਾਬ ਦੇ ਕਿਹੜੇ ਭਾਗ ਨੂੰ ਕਿਹਾ ਜਾਂਦਾ ਵਾ ਪੂਰਬੀ ਭਾਗ ਨੂੰ ਚਲੋ ਦੋਸਤੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਕੁਐਸਚਨ ਨੰਬਰ 26 ਸਤਲੁਜ ਅਤੇ ਬਿਆਸ ਦਰਿਆ ਦੇ ਵਿਚਕਾਰਲੇ ਹਿੱਸੇ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਮਲਬਈ ਦੁਆਬੀ ਮਾਜੀ ਜਾਂ ਫਿਰ ਮਲਤਾਨੀ ਹਾਂਜੀ ਗੈਸ ਕਰੋ ਕਿ ਇਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਬੀ ਦੁਆਬੀ ਸਤਲੁਜ ਅਤੇ ਬਿਆਸ ਦਰਿਆ ਦੇ ਵਿਚਕਾਰਲੇ ਹਿੱਸੇ ਵਿੱਚ ਦੁਆਬੀ ਉਪਭਾਸ਼ਾ ਬੋਲੀ ਜਾਂਦੀ ਹੈ ਜੀ ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਦੁਆਬ ਕਿਹੜੀ ਸ਼ੱਪਾ ਸ਼ਾਦਾ ਸ਼ਬਦ ਹੈ ਦੁਆਬ ਜਾਂ ਦੁਆਬਾ ਤੁਸੀਂ ਕਹਿ ਸਕਦੇ ਹੋ ਇਹ ਕਿਹੜੀ ਭਾਸ਼ਾ ਦਾ ਸ਼ਬਦ ਹੈ ਅਰਬੀ ਜਾਂ ਫਾਰਸੀ ਸੰਸਕ੍ਰਿਤੀ ਜਾਂ ਫਿਰ ਕੋਈ ਨਹੀਂ ਹਾਂਜੀ ਗੈਸ ਕਰੋ ਕਿ ਇਸ ਦਾ ਰਾਈਟ ਆਨਸਰ ਕੀ ਹੈ ਜੀ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਬੀ ਫਾਰਸੀ ਦੁਆਬ ਜਿਹੜਾ ਹੈ ਕਿ ਫਾਰਸੀ ਭਾਸ਼ਾ ਦਾ ਸ਼ਬਦ ਹੈ ਜੀ ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਮਲਵਈ ਉਪਭਾਸ਼ਾ ਪੰਜਾਬ ਦੇ ਲਗਭਗ ਕਿੰਨੇ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ 4 5 7 ਜਾਂ 15 ਹਾਂਜੀ ਗੈਸ ਕਰੋ ਕਿ ਇਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਡੀ 15 ਮਲਵਈ ਉਪਭਾਸ਼ਾ ਪੰਜਾਬ ਦੇ ਲਗਭਗ 15 ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਆ ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਹੇਠ ਲਿਖਿਆਂ ਵਿੱਚੋਂ ਕਿਹੜੀ ਉਪਭਾਸ਼ਾ ਸਭ ਤੋਂ ਪੁਰਾਣੀ ਮੰਨੀ ਜਾਂਦੀ ਹੈ ਮਲਵਈ ਮਾਜੀ ਦੁਆਬੀ ਜਾਂ ਪੋਦੀ ਹਾਂਜੀ ਦੋਸਤੋ ਗੈਸ ਕਰੋ ਕਿ ਇਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਹਾਂਜੀ ਇਸਦਾ ਰਾਈਟ ਆਨਸਰ ਹੈ ਜੀ অপਸ਼ਨ ਏ ਮਲਵਈ ਇਹਦਾ ਸਵਾਲ ਹੈ ਕਿ ਕਿਹੜੀ ਉਪਭਾਸ਼ਾ ਸਭ ਤੋਂ ਪੁਰਾਣੀ ਮੰਨੀ ਜਾਂਦੀ ਹੈ ਜੀ ਮਲਵਈ ਚਲੋ ਦੋਸਤੋ ਨੈਕਸਟ ਕੁਐਸ਼ਨ ਵੱਲ ਚੱਲਦੇ ਹਾਂ ਜੀ ਕਿਹੜੇ ਇਲਾਕੇ ਵਿੱਚ ਮਾਜੀ ਉਪਭਾਸ਼ਾ ਬੋਲੀ ਜਾਂਦੀ ਹੈ ਪਠਾਨਕੋਟ ਬਟਾਲਾ ਲਾਹੌਰ ਜਾਂ ਉਪਰੋਕਤ ਸਾਰੇ ਹਾਂਜੀ ਗੈਸ ਕਰੋ ਕਿ ਇਸਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਹਾਂਜੀ ਇਸਦਾ ਰਾਈਟ ਆਨਸਰ ਹੈ ਜੀ অপਸ਼ਨ ਡੀ ਉਪਰੋਕਤ ਸਾਰੇ ਸਵਾਲ ਹੈ ਕਿ ਕਿਹੜੇ ਇਲਾਕੇ ਵਿੱਚ ਮਾਜੀ ਉਪਭਾਸ਼ਾ ਬੋਲੀ ਜਾਂਦੀ ਹੈ ਇਹਨਾਂ ਸਾਰਿਆਂ ਵਿੱਚ ਬੋਲੀ ਜਾਂਦੀ ਹੈ ਪਠਾਨਕੋਟ ਬਟਾਲਾ ਲਾਹੌਰ ਚਲੋ ਦੋਸਤੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਰਾਵੀ ਅਤੇ ਬਿਆਸ ਦਰਿਆ ਦੇ ਵਿਚਕਾਰਲੇ ਖੇਤਰ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਮਾਜੀ ਮਲਵਈ ਦੁਆਬੀ ਪੁਆਦੀ ਹਾਂਜੀ ਗੈਸ ਕਰੋਗੇ ਇਸ ਦਾ ਰਾਈਟ ਆਨਸਰ ਕੀ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਏ ਮਾਜੀ ਰਾਵੀ ਅਤੇ ਬਿਆਸ ਦਰਿਆ ਦੇ ਵਿਚਕਾਰਲੇ ਖੇਤਰ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਜੀ ਮਾਜੀ ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਕੁਐਸਚਨ ਨੰਬਰ 32 ਸਾਡੇ ਸੰਵਿਧਾਨ ਵਿੱਚ ਵਰਤਮਾਨ ਸਮੇਂ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਮਿਲੀ ਹੈ ਮਿਲੀ ਹੋਈ ਹੈ ਹਾਂਜੀ ਗੈਸ ਕਰੋ ਕਿ ਇਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਸੀ ਸਵਾਲ ਹੈ ਕਿ ਸਾਡੇ ਸੰਵਿਧਾਨ ਵਿੱਚ ਵਰਤਮਾਨ ਸਮੇਂ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਮਿਲੀ ਹੋਈ ਹੈ 102 ਜਿਹੜਾ ਕਿ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਮਿਲੀ ਹੋਈ ਹੈ ਕਿਲਾ ਦੋਸਤੋ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਜੀ ਉਹ ਸਾਧਨ ਜਿਸ ਰਾਹੀਂ ਮਨੁੱਖਾ ਆਪਣੇ ਭਾਵ ਅਤੇ ਵਿਚਾਰਾਂ ਨੂੰ ਦੂਸਰਾਂ ਅੱਗੇ ਪ੍ਰਗਟ ਕਰਦਾ ਹੈ ਉਸ ਨੂੰ ਕੀ ਨਾਮ ਦਿੱਤਾ ਜਾਂਦਾ ਹੈ ਲਿਪੀ ਭਾਸ਼ਾ ਵਰਣ ਜਾਂ ਫਿਰ ਸ਼ਬਦ ਹਾਂਜੀ ਗੈਸ ਕਰੋ ਕਿ ਇਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਬੀ ਭਾਸ਼ਾ ਸਵਾਲ ਹੈ ਕਿ ਉਹ ਕਿਹੜਾ ਸਾਧਨ ਜਿਸ ਰਾਹੀਂ ਮਨੁੱਖਾ ਆਪਣੇ ਭਾਵ ਵਿਚਾਰ ਆ ਜਿਹੜਾ ਕਿ ਦੂਸਰਾਂ ਅੱਗੇ ਪ੍ਰਗਟ ਕਰਦਾ ਵਾ ਤੇ ਉਹ ਭਾਸ਼ਾ ਵਾ ਜਿਹਦੇ ਨਾਲ ਜਿਹੜਾ ਕਿ ਆਪਾਂ ਆਪਣੇ ਭਾਵ ਦੇ ਵਿਚਾਰ ਦੂਜਿਆਂ ਕੇ ਪ੍ਰਗਟ ਕਰ ਸਕਦੇ ਆ ਚਲੋ ਦੋਸਤੋ ਨੈਕਸਟ ਕੁਐਸਚਨ ਵੱਲ ਚੱਲਦੇ ਆ ਜੀ ਅੱਜ ਦਾ ਆਖੀਰਲਾ ਸਵਾਲ ਆ ਜੀ ਜਿਹੜੀ ਭਾਸ਼ਾ ਬੱਚਾ ਆਪਣੇ ਪਰਿਵਾਰ ਤੇ ਆਲੇ-ਦੁਆਲੇ ਤੋਂ ਸਿੱਖਦਾ ਹੈ ਉਸ ਨੂੰ ਕੀ ਨਾਮ ਦਿੱਤਾ ਜਾਂਦਾ ਹੈ ਮਾਤ ਭਾਸ਼ਾ ਲਿਖਤੀ ਭਾਸ਼ਾ ਰਾਸ਼ਟਰੀ ਭਾਸ਼ਾ ਜਾਂ ਫਿਰ ਸਕੂਲੀ ਭਾਸ਼ਾ ਹਾਂਜੀ ਗੈਸ ਕਰੋਗੇ ਇਸ ਦਾ ਰਾਈਟ ਆਨਸਰ ਕੀ ਹੋ ਸਕਦਾ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਏ ਮਾਤ ਭਾਸ਼ਾ ਜਿਹੜਾ ਕਿ ਬੱਚਾ ਆਪਣੇ ਪਰਿਵਾਰ ਦੇ ਆਲੇ-ਦੁਆਲੇ ਤੋਂ ਜਿਹੜੀ ਕਿ ਭਾਸ਼ਾ ਸਿੱਖਦਾ ਵਾ ਉਸਨੂੰ ਕੀ ਨਾਮ ਦਿੱਤਾ ਜਾਂਦਾ ਵਾ ਮਾਤ ਭਾਸ਼ਾ ਸੋ ਦੋਸਤੋ ਏਸੀ ਆਪਣੇ ਜਿਹੜਾ ਕਿ ਪੰਜਾਬੀ ਗ੍ਰਾਮਰ ਦੇ ਯਾਨੀ ਕਿ ਵਿਆਕਰਨ ਦੇ ਕੁਝ ਮਹੱਤਵਪੂਰਨ ਸਵਾਲ ਤੇ ਉਮੀਦ ਹੈ ਕਿ ਇਹ ਵੀਡੀਓ ਤੁਹਾਡੇ ਲਈ ਜਿਹੜਾ ਕਿ ਕਾਫੀ ਹੈਲਪਫੁਲ ਹੋਵੇਗੀ ਤੁਹਾਡੀ ਪੰਜਾਬ ਪੁਲਿਸ ਕਨਸਟੇਬਲ ਦੀ ਪ੍ਰਤੀ ਲਈ ਤੇ ਸੋ ਜਲਦ ਆਪਾਂ ਜਿਹੜਾ ਕਿ ਹੋਰ ਮਹੱਤਵਪੂਰਨ ਸਵਾਲ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਦੇ ਵਿੱਚ ਤੇ ਜੇਕਰ ਤੁਸੀਂ ਛੜ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਆਈਕਨ ਦਾ ਬੜਾ ਜਰੂਰ ਦਬਾ ਲਓ ਤਾਂ ਨਹੀਂ ਛੱਡਿਆਉਣ ਵਾਲੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸੇਗੀ। ਦੋਸਤੋ ਜੇਕਰ ਤੁਸੀਂ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਇੰਸਟਾਗ੍ਰam ਤੇ ਡਿਸਕ੍ਰਿਪਸ਼ਨ ਚ ਮੇਰਾ ਜਿਹੜਾ ਕਿ ਇੰਸਟਾਗ੍ਰam ਆਈਡੀ ਦਾ ਲਿੰਕ ਦਿੱਤਾ ਹੋਇਆ ਵਾ ਡਿਸਕ੍ਰਿਪਸ਼ਨ ਚ ਵੀਡੀਓ ਦੇ ਤੇ ਉੱਥੋਂ ਤੁਸੀਂ ਜਿਹੜਾ ਕਿ ਲਿੰਕ ਤੇ ਕਲਿੱਕ ਕਰਕੇ ਇੰਸਟਾਗ੍ਰam ਆਈਡੀ ਤੇ ਆ ਕੇ ਮੇਰੇ ਨਾਲ ਜਿਹੜਾ ਕਿ ਗੱਲਬਾਤ ਕਰ ਸਕਦੇ ਹੋ। ਤੇ ਸੋ ਦੋਸਤੋ ਏਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਵੱਧ ਤੋਂ ਵੱਧ ਸ਼ ਵੀਡੀਓ ਮਖਣੇ ਤੁਹਾਡਾ ਧੰਨਵਾਦ